ਆਮ ਆਦਮੀ ਪਾਰਟੀ ਵਿੱਚ ਪਏ ਪਾੜ ਤੋਂ ਬਾਅਦ ਹੁਣ ਆਪ ਪਾਰਟੀ 'ਚ ਬਾਹਰ ਕੀਤੇ ਗਏ ਆਗੂ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ, ਜਿਹਦੇ ਚੱਲਦੇ ਆਪ ਪਾਰਟੀ ਵਿੱਚ ਰਹਿ ਚੁੱਕੇ ਸਾਬਕਾ ਪ੍ਰਧਾਨ ਗੁਰਪ੍ਰੀਤ ਘੁੱਗੀ ਵੀ ਸਾਹਮਣੇ ਆਏ ਅਤੇ ਉਹਨਾਂ ਨੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੱਡੇ ਹਮਲੇ ਕੀਤੇ। ਗੁਰਪ੍ਰੀਤ ਘੁੱਗੀ ਨੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਆਪ ਪਾਰਟੀ ਖਤਮ ਹੋ ਚੁੱਕੀ ਹੈ ਅਤੇ ਸੈਂਟਰ ਬਾਡੀ ਆਪ ਹੀ ਇਸ ਪਾਰਟੀ ਦੀ ਮਿੱਟੀ ਰੋਲ ਰਹੀ ਹੈ, ਕਿਉਂਕਿ ਇੱਕ ਪੰਜਾਬ ਹੀ ਬਚਿਆ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ ਅਤੇ ਅਰਵਿੰਦ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੇ ਇਸ ਪਾਰਟੀ ਦਾ ਨਾਸ ਮਾਰ ਦਿੱਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਲੋਕਾਂ ਤੋਂ ਕੰਮ ਲੈਂਦਾ ਅਤੇ ਫਿਰ ਇੰਨੀ ਵੱਡੀ ਪੋਸਟ ਤੋਂ ਉਤਾਰ ਦੇਣਾ ਇਹ ਬਹੁਤ ਹੀ ਘਟੀਆ ਕਦਮ ਹੈ। ਇਹ ਕਈ ਆਗੂਆਂ ਨਾਲ ਹੋ ਚੁੱਕਿਆ। ਆਮ ਆਦਮੀ ਪਾਰਟੀ ਬਾਰੇ ਸਿਰਫ ਪੰਜਾਬ ਦੇ ਲੀਡਰ ਹੀ ਨਹੀਂ ਗੱਲ ਕਰਨ ਵਾਲੇ, ਸਗੋਂ ਪੰਜਾਬ ਤੋਂ ਬਾਹਰਲੇ ਲੀਡਰ ਨਾਲ ਵੀ ਕੇਜਰੀਵਾਲ ਨੇ ਧੱਕਾ ਕੀਤਾ ਹੈ ਅਤੇ ਜਿਹੜਾ ਅਰਵਿੰਦ ਕੇਜਰੀਵਾਲ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦਾ ਉਹ ਉਸ ਨੂੰ ਜਮੂਰੇ ਲੱਗਦੇ ਨੇ। ਮਾਹੌਲ ਤਾਂ ਖਤਮ ਹੋ ਗਿਆ ਜੀ। ਆਮ ਆਦਮੀ ਪਾਰਟੀ ਨੇ ਆਪਣੇ ਆਪ ਹੀ ਮਿੱਟੀ ਰੋਲ ਰਹੀ ਹੈ, ਜਿਹੜੀ ਇਹਨਾਂ ਦੀ ਸੈਂਟਰ 'ਚ ਸੈਂਟਰ ਬਾਡੀ ਹੈ ਜਿਹੜੀ। ਪੰਜਾਬ ਹੀ ਇੱਕ ਬਚਿਆ ਸੀ ਜਿਹਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ, ਘੱਟੋ ਘੱਟ ਆਪੋਜੀਸ਼ਨ 'ਚ ਤਾਂ ਲਿਆ ਕੇ ਬਿਠਾਤਾ ਸੀ। ਇਹਨਾਂ ਨੇ ਅੱਜ ਉਹ ਵੀ ਨਾਸ ਮਾਰ ਲਿਆ। ਅਰਵਿੰਦ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੇ ਪੰਜਾਬ ਦੇ ਵਿੱਚ ਇੱਕ ਮੋਮੈਂਟਮ ਜਿਹੜਾ ਬਣਿਆ ਸੀ ਆਮ ਆਦਮੀ ਪਾਰਟੀ ਦਾ, ਉਹ ਤਹਿਸ ਨਹਿਸ ਹੋ ਕੇ ਖਤਮ ਕਰਤਾ ਪੰਜਾਬ ਦੇ ਵਿੱਚ। ਦੇਖੋ ਪਾਰਟੀ ਦਾ ਇੰਟਰਨਲ ਮੈਟਰ ਹੈ, ਉਹਦੇ 'ਚ ਮੇਰਾ ਬੋਲਣਾ ਨਹੀਂ ਬਣਦਾ, ਬਟ ਮੈਂ ਇਸ ਗੱਲ 'ਤੇ ਜ਼ਰੂਰ ਬੋਲਦਾ ਹੁੰਦਾ ਔਰ ਬੋਲਾਂਗਾ ਵੀ ਕਿ ਅਰਵਿੰਦ ਕੇਜਰੀਵਾਲ ਜਿਵੇਂ ਲੋਕਾਂ ਨੂੰ ਪਹਿਲਾਂ ਉਹਨਾਂ ਤੋਂ ਕੰਮ ਲੈਂਦਾ, ਫਿਰ ਐਡੀ ਵੱਡੀ ਪੋਸਟ ਤੋਂ ਜਿਸ ਡਿਸਗ੍ਰੇਸ ਕਰਕੇ ਜਿਵੇਂ ਅਨਸੈਰਾਮੋਨੀਅਲ ਤਰੀਕੇ ਨਾਲ ਅਲੈਦਾ ਕਰ ਦਿੰਦੇ, ਉਹ ਬਹੁਤ ਘਟੀਆ ਹੁੰਦਾ। ਔਰ ਸੇਮ ਇਹਨਾਂ ਨੇ ਇਹ ਸਮਝ ਲਓ ਕਿ ਕਦੇ ਯੋਗਿੰਦਰ ਯਾਦਵ ਹੋਣਾ ਨਾਲ ਵੀ ਹੋਇਆ, ਕਦੇ ਇਹ ਫਿਰ ਧਰਮਵੀਰ ਗਾਂਧੀ ਸਾਹਿਬ ਨਾਲ ਵੀ ਹੋਇਆ, ਫਿਰ ਡਾਕਟਰ ਦਲਜੀਤ ਸਿੰਘ, ਭਾਈ ਬਲਦੀਪ ਸਿੰਘ, ਮਤਲਬ ਹਜ਼ਾਰਾਂ ਐਗਜ਼ਾਮਪਲਸ ਨੇ, ਬਾਅਦ ਸੁੱਚਾ ਸਿੰਘ ਛੋਟੇਪੁਰ, ਫਿਰ ਬਾਅਦ 'ਚ ਮੈਂ। ਸੋ ਬੜੇ ਅਨਸੈਰਾਮੋਨੀਅਲ ਤਰੀਕੇ ਨਾਲ ਕਿਸੇ ਬੰਦੇ ਨੂੰ ਡਿਸਗ੍ਰੇਸ ਕਰਕੇ ਆਪਣੇ ਨਾਲ ਅਲੱਗ ਕਰਦੇ ਨੇ, ਔਰ ਇਹ ਬਹੁਤ ਮੈਂ ਸਮਝਦਾ ਕਿ ਇੱਕ ਘਟੀਆ ਕਦਮ ਹੁੰਦਾ। ਦੇਖੋ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਸਿਰਫ ਪੰਜਾਬ ਦੀ ਗੱਲ ਕਰਨ ਵਾਲੇ ਨੇ, ਪੰਜਾਬ ਤੋਂ ਬਾਹਰਲੇ ਲੀਡਰ ਵੀ ਦੇਖ ਲਓ ਤੁਸੀਂ, ਉਹਨਾਂ ਨਾਲ ਵੀ ਇਹਨਾਂ ਨੇ ਧੱਕਾ ਹੀ ਕੀਤਾ ਜਿਹੜਾ ਅਰਵਿੰਦ ਕੇਜਰੀਵਾਲ ਦੀ ਹਾਂ 'ਚ ਹਾਂ ਨਹੀਂ ਮਿਲਾਉਂਦਾ। ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਬਾਕੀ ਸਾਰੇ ਲੱਗਦੇ ਨੇ ਜਮੂਰੇ, ਜਦੋਂ ਬਹੁਲ ਜਮੂਰੇ, ਜਿਹੜਾ ਅੱਗੋਂ ਹਾਂ ਉਸਤਾਦ ਨਹੀਂ ਕਹਿੰਦਾ ਉਹਨੂੰ ਫਿਰ ਉਹ ਸਾਈਡ 'ਤੇ ਕਰਦਾ। ਬਿਊਰੋ ਰਿਪੋਰਟ, ਚੈਨਲ ਪੰਜਾਬ।